ਕੇਵਲ ਸਿੰਘ ਢਿੱਲੋਂ ਨੇ ਜੇਤੂ ਉਮੀਦਵਾਰਾਂ ਨਾਲ ਮਨਾਇਆ ਜਸ਼ਨ। 22 ਸਤੰਬਰ ਨੂੰ ਦੇਰ ਰਾਤ ਆਏ ਬਰਨਾਲਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਬਰਨਾਲਾ ਜ਼ਿਲ੍ਹੇ ਦੀਆਂ ਕੁੱਲ 10 ਜ਼ਿਲ੍ਹਾ ਪਰਿਸ਼ਦ ਸੀਟਾਂ ਉੱਪਰ ਪੂਰਨ ਤੌਰ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਜ਼ਿਲ੍ਹੇ ਦੀਆਂ 3 ਬਲਾਕ ਸੰਮਤੀਆਂ ਦੀਆਂ 61 ਸੀਟਾਂ 'ਚੋਂ 42 ਸੀਟਾਂ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜੇਤੂ ਉਮੀਦਵਾਰਾਂ ਦੇ ਨਾਲ ਜਿੱਤ ਦਾ ਜਸ਼ਨ ਮਨਾਇਆ ਅਤੇ ਉਹਨਾਂ ਨੂੰ ਜਿੱਤਣ ਦੀ ਮੁਬਾਰਕਬਾਦ ਦਿੱਤੀ। ਉੱਧਰ ਜੇਤੂ ਉਮੀਦਵਾਰਾਂ ਨੇ ਉਹਨਾਂ ਨੂੰ ਜਿਤਾਉਣ ਲਈ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਰਨਾਲਾ ਤੋਂ ਅਜੀਤ ਵੈਬ ਟੀਵੀ ਲਈ ਧਰਮਪਾਲ ਸਿੰਘ ਦੀ ਰਿਪੋਰਟ। ਜਿਹੜੀ ਇਹ ਕਲੀਨ ਸਵੀਪ ਹੁੰਝਾ ਫਿਰ ਜਿੱਤ ਹੋਈ ਆ, ਇਹਦਾ ਸਾਰਾ ਸਿਹਰਾ ਆਪਣੇ ਲੋਕਾਂ ਨੂੰ ਜਾਂਦਾ, ਕਾਂਗਰਸ ਦੇ ਵਰਕਰਸ ਨੂੰ ਜਾਂਦਾ, ਇਹ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਜਾਂਦਾ, ਜਿਨ੍ਹਾਂ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਇਹ ਸਾਰੀ ਆਪਣੀ ਜਿੱਤ ਹੋਈ ਆ। ਦੇਖੋ, ਆਪਣਾ ਜ਼ਿਲ੍ਹਾ ਪਰਿਸ਼ਦ ਦੀਆਂ 10 ਸੀਟਾਂ ਦੇ ਉੱਪਰ 10 ਦੀਆਂ 10 ਕਾਂਗਰਸ ਨੇ ਜਿੱਤੀਆਂ ਨੇ। 100% ਜਿਹੜਾ ਕਲੀਅਰ ਕਹਿੰਦੇ ਆ ਕਲੀਨ ਸਵੀਪ ਆ, ਇਹ ਬਹੁਤ ਵੱਡੀ ਗੱਲ ਆ। ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਪਹਿਲੀ ਦਫਾ ਹਿਸਟਰੀ ਦੇ ਵਿੱਚ ਐਡੀ ਵੱਡੀ ਜਿੱਤ ਹੋਈ ਆ। ਇਹ ਕਿਉਂ ਹੋਈ ਆ? ਲੋਕਾਂ ਨੇ ਦੇਖਿਆ ਕਿ ਸਭ ਤੋਂ ਵਧੀਆ ਪਾਰਟੀ ਕਿਹੜੀ ਆ? ਕਾਂਗਰਸ ਪਾਰਟੀ ਆ। ਲੋਕਾਂ ਨੇ ਜਿਹੜੀ ਕਾਂਗਰਸ ਪਾਰਟੀ ਨੇ ਕੰਮ ਕੀਤੇ ਆ ਉਹਦੇ 'ਤੇ ਮੋਹਰ ਲਾ ਰਹੇ ਆ, ਉਹ 'ਤੇ ਮੋਹਰ ਲਾਈ ਆ। ਔਰ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ 10 ਸਾਲ, ਉਹਨੇ ਕੁਛ ਨਹੀਂ ਕੀਤਾ। ਲੋਕਾਂ ਨੂੰ ਪਤਾ ਕਿ ਉਦੋਂ ਨਸ਼ਾ ਵਿਕਿਆ, ਉਸ ਸਰਕਾਰ ਦੇ ਵਿੱਚ ਮਾੜੇ ਕੰਮ ਹੋਇਆ, ਕੋਈ ਵਿਕਾਸ ਦਾ ਕੰਮ ਨਹੀਂ ਹੋਇਆ। ਆ 1.5 ਸਾਲ ਦੇ ਵਿੱਚ ਆਪਾਂ ਦੇਖੋ, ਅੰਡਰ ਬ੍ਰਿਜ, ਧਨੌਲਾ ਰੋਡ ਔਰ ਹੰਡਿਆਇਆ ਧਨੌਲਾ ਜਿੱਥੇ ਵੀ ਹੈ ਸਾਰੇ ਬਰਨਾਲੇ ਦੇ ਵਿੱਚ ਆਪਾਂ ਵਿਕਾਸ ਦੇ ਕੰਮ ਕਰਾਏ ਨੇ, ਜਿਹੜਾ 1.5-2 ਕਰੋੜ ਮੇਰਾ ਖਿਆਲ ਹੁਣ ਤੱਕ 15 ਕਰੋੜ ਰੁਪਇਆ, 15 ਕਰੋੜ ਘੱਟੋ ਘੱਟ ਬਰਨਾਲੇ ਦੇ ਵਿੱਚ ਆ ਚੁੱਕਿਆ। ਆ ਜਿਹੜਾ ਅੰਡਰ ਬ੍ਰਿਜ ਸੀ, ਬਰਨਾਲਾ 2 ਹਿੱਸਿਆਂ 'ਚ ਵੰਡਿਆ ਹੋਇਆ ਸੀ, ਇਹ ਆਪਾਂ ਆਉਣ ਸਾਰ ਪਹਿਲੇ 6 ਮਹੀਨਿਆਂ ਵਿੱਚ ਅੰਡਰ ਬ੍ਰਿਜ ਖੁਲਵਾਇਆ। ਹੁਣ ਮੇਰਾ ਖਿਆਲ ਅਗਲੇ ਵਾਰ ਮੀਂਹ ਤੁਹਾਡਾ ਬਰਸਾਤ ਅੱਜ 2-3 ਦਿਨਾਂ ਨੂੰ ਜਦੋਂ ਖਤਮ ਹੋ ਗਈ, ਅਗਲੇ ਹਫ਼ਤੇ ਧਨੌਲਾ ਰੋਡ ਜਿਹੜੀ ਆ ਉਹਦੀ ਆਪਾਂ ਕਰਾ ਦੇਣੀ ਆ ਉਦਘਾਟਨ। ਇੰਨੀ ਵਧੀਆ ਸੜਕ ਬਣਾ ਰਿਹਾ ਕਿ ਪੰਜਾਬ 'ਚ ਇਹੋ ਜਿਹੀ ਸੜਕ ਨਹੀਂ ਹੋਣੀ, ਹਿੰਦੁਸਤਾਨ 'ਚ ਇਹੀ ਸੜਕ ਨਹੀਂ ਹੋਣੀ ਜਿਵੇਂ ਬਰਨਾਲਾ ਰੈਕੋਰਡ ਸੜਕ ਹੋ ਗਈ। ਵਿਕਾਸ ਦੇ ਵਾਅਦੇ ਦੇ ਇਲੈਕਸ਼ਨ ਜਿੱਤੇ ਆ, ਵਿਕਾਸ ਕਰਾਵਾਂਗੇ। ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਨੇ ਉੱਧਰਲੇ ਪਿੰਡਾਂ ਦੇ 10 ਸਾਲਾਂ ਤੋਂ ਕੁਛ ਨਹੀਂ ਪੁੱਛਿਆ ਉਹਨਾਂ ਨੂੰ, ਨਾ ਕੋਈ ਵਿਕਾਸ ਹੋਇਆ। ਗਲੀਆਂ, ਨਾਲੀਆਂ, ਪੈਨਸ਼ਨਾਂ ਦੇ ਕੰਮ ਅਸੀਂ ਘਰ ਘਰ ਗਏ ਹਾਂ, ਕੈਂਪ ਵੀ ਲਵਾਏ ਨੇ ਉਹਨਾਂ ਨੇ, ਤਾਂ ਹੀ ਸਾਡੀ ਵੱਡੀ ਜਿੱਤ ਕਰਾਈ ਹੈ। ਉਹਨਾਂ ਦੇ ਪਹਿਲ ਦੇ ਆਧਾਰ 'ਤੇ ਅਸੀਂ ਕੰਮ ਕਰਾਵਾਂਗੇ। ਢਿੱਲੋਂ ਸਾਹਿਬ ਦੀ ਰਹਿਨੁਮਾਈ ਹੇਠ ਇਹ 5 ਗਰਾਈਆਂ ਸਾਹਿਬ ਦੀ ਰਹਿਨੁਮਾਈ ਹੇਠ ਅਸੀਂ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਆ, ਜੋ ਵੀ ਲੋਕਾਂ ਨਾਲ ਜੋ ਜਿੰਨੇ ਵੀ ਕੰਮ ਕਰਨ ਵਾਲੇ ਆ, ਪੈਨਸ਼ਨਾਂ ਦੇ ਹੋਏ, ਵਿਧਵਾ ਪੈਨਸ਼ਨਾਂ ਦੇ ਹੋਏ, ਸਗਨ ਸਕੀਮ ਹੋਈ, ਜੋ ਲੋਕਾਂ ਦੀਆਂ ਹੋਰ ਵੀ ਪ੍ਰੋਬਲਮਾਂ ਹੈਗੀਆਂ ਉਹ ਸਾਰੀਆਂ ਅਸੀਂ ਹੱਲ ਕਰਾਵਾਂਗੇ।